ਨਮਸਕਾਰ ਸਤਿ ਸ਼੍ਰੀ ਅਕਾਲ ਆਦਾਬ ਦੋਸਤਾਨਾ ਵੀਰਾਂ ਦਾ ਸਵਾਗਤ ਸਪਾਊਸ ਵੀਜ਼ਾ ਕਿੱਦਾਂ ਜਾਈਏ ਵਿਦੇਸ਼ ਪਰਿਵਾਰ ਦੇ ਨਾਲ ਪ੍ਰਵਾਸ ਪਿਛਲੇ 2-3 ਸਾਲਾਂ ਤੋਂ ਬਹੁਤ ਜ਼ਿਆਦਾ ਵਧਿਆ ਵਾ ਜਿੱਦਾਂ ਜਿੱਦਾਂ ਨੋਟ ਬੰਦ ਹੋਏ GST ਆਈਆਂ ਲੋਕਾਂ ਨੂੰ ਪਰੇਸ਼ਾਨੀ ਹੋਈ ਕਾਰੋਬਾਰ ਕਰਨ ਦੇ ਵਿੱਚ ਮੈਕਸੀਮਮ ਲੋਕਾਂ ਨੇ ਮਾਈਗ੍ਰੈਂਟ ਹੋਣ ਦੀ ਸੋਚੀ ਜੇ ਅਖਬਾਰਾਂ ਪੜ੍ਹੀਏ ਨਿਊਜ਼ ਦੇਖੀਏ ਆਰਟੀਕਲਸ ਪੜ੍ਹੀਏ ਕਿਹਾ ਜਾਂਦਾ ਕਿ ਹਜ਼ਾਰਾਂ ਹੀ ਪਰਿਵਾਰ ਮੁਲਕ ਛੱਡ ਕੇ ਵਿਦੇਸ਼ਾਂ ਦੇ ਵਿੱਚ ਸੈਟਲ ਹੋ ਗਏ ਮੇਰਾ ਆਪ ਦਾ ਜੋ ਤਜਰਬਾ ਰਿਹਾ ਉਹਦੇ ਵਿੱਚ ਕਹਿ ਲਓ ਕਿ ਸਰਕਾਰੀ ਮੁਲਾਜ਼ਮ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਵਿਜ਼ਟਰ ਵੀਜ਼ੇ 'ਤੇ ਜਾ ਕੇ ਵਿਦੇਸ਼ 'ਚ ਛੱਡ ਆਏ ਕੋਈ ਆਸਟ੍ਰੇਲੀਆ ਜਾ ਕੇ ਛੱਡ ਆਇਆ ਆਸਟ੍ਰੇਲੀਆ ਕਿਸੇ ਨੇ ਵੀਜ਼ਾ ਚੇਂਜ ਕਰਾ ਲਿਆ ਕੁਝ ਲੋਕਾਂ ਨੇ ਕੈਨੇਡਾ 'ਚ LMI ਲੈ ਲਈ ਵਰਕ ਪਰਮਿਟ 'ਚ ਕਨਵਰਟ ਕਰਾ ਲਿਆ ਕੁਝ ਲੋਕਾਂ ਨੇ ਇਨਵੈਸਟਰ ਕੈਟਾਗਰੀ 'ਚ ਚਲੇ ਗਏ ਕੁਝ ਲੋਕ ਸਟੂਡੈਂਟ ਵੀਜ਼ੇ 'ਤੇ ਚਲੇ ਗਏ ਵੱਖਰੇ ਵੱਖਰੇ ਤਰੀਕਿਆਂ ਨਾਲ ਲੋਕਾਂ ਨੇ ਪਿਛਲੇ ਸਾਲ 1.5 ਸਾਲ 2 ਸਾਲ ਦੇ ਵਿੱਚ ਵਿਦੇਸ਼ ਦੇ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਪਹੁੰਚਣ ਦੀ ਕੋਸ਼ਿਸ਼ ਕੀਤੀ ਪ੍ਰਵਾਸ ਵਧਿਆ ਬਹੁਤ ਜ਼ਿਆਦਾ ਵਧਿਆ ਕਾਰੋਬਾਰ ਵਧੇ ਬਾਹਰ ਜਾਣ ਦੇ ਜਹਾਜ਼ ਦੀਆਂ ਟਿਕਟਾਂ ਮਹਿੰਗੀਆਂ ਹੋਈਆਂ ਆਇਲਸ ਦੀ ਫੀਸ ਵੱਧ ਗਈ ਆਇਲਸ ਸੈਂਟਰ ਬਹੁਤ ਜ਼ਿਆਦਾ ਵੱਧ ਗਏ ਏਜੰਸੀਆਂ ਵੱਧ ਗਈਆਂ ਅੱਜ ਜ਼ਿਆਦਾਤਰ ਲੋਕ ਸਪਾਊਸ ਵੀਜ਼ਾ 'ਤੇ ਬਾਹਰ ਜਾਣਾ ਚਾਹੁੰਦੇ ਆ ਵਿਦ ਪਰਿਵਾਰ ਜਾਣਾ ਚਾਹੁੰਦੇ ਆ ਜਿਹੜਾ ਤਾਂ ਅਨਮੈਰਿਡ ਬੱਚਾ ਵਾ ਜਾਂ ਕਹਿ ਲਓ ਕੋਈ ਸਿੰਗਲ ਹੈ ਉਹ ਤਾਂ ਇਕੱਲਾ ਚਲੇ ਜੂਗਾ ਜਿਹੜੇ ਵਿਆਹੇ ਲੋਕ ਨੇ ਉਹ ਆਪਣੇ ਪਰਿਵਾਰ ਦੇ ਨਾਲ ਵਾਈਫ ਦੇ ਨਾਲ ਬੱਚਿਆਂ ਦੇ ਨਾਲ ਜਾਣਾ ਚਾਹੁੰਦੇ ਨੇ ਕਿੱਦਾਂ ਜਾ ਸਕਦੇ ਨੇ ਕੋਸ਼ਿਸ਼ ਕਰਦੇ ਪਏ ਹਾਂ ਇਕੱਠੇ ਭੇਜਣ ਦੀ ਗੱਲ ਕਰਦੇ ਪਏ ਹਾਂ ਕਿ ਜਿਹੜੇ ਲੋਕ ਇਕੱਠੇ ਜਾਣਾ ਚਾਹੁੰਦੇ ਨੇ ਹੁੰਦਾ ਕੀ ਹੈ ਕਿ ਅਕਸਰ ਕਿਹਾ ਜਾਂਦਾ ਨਹੀਂ ਪਹਿਲਾਂ ਤੁਸੀਂ ਨਾ ਲੜਕੀ ਨੂੰ ਭੇਜ ਦਿਓ ਲੜਕੇ ਨੂੰ ਵੀਜ਼ਾ ਲੱਗਣ ਤੋਂ ਬਾਅਦ 6 ਮਹੀਨੇ ਬਾਅਦ ਅਪਲਾਈ ਹੋਏਗਾ ਸਾਲ ਬਾਅਦ ਅਪਲਾਈ ਹੋਏਗਾ ਮੈਂ ਡਿਸਕਸ ਕਰਦਾ ਪਿਆ ਵੀ ਕਿੱਦਾਂ ਅਸੀਂ ਸਪਾਊਸ ਵੀਜ਼ੇ 'ਤੇ ਵਿਦ ਫੈਮਿਲੀ ਜਾ ਸਕਦੇ ਹਾਂ ਕਿਸੇ ਦਾ 1 ਬੱਚਾ ਕਿਸੇ ਦੇ 2 ਬੱਚੇ ਹੈ ਇੱਥੋਂ ਇਕੱਠੇ ਜਾਣਾ ਚਾਹੁੰਦੇ ਨੇ ਲੋਕ ਨਹੀਂ ਚਾਹੁੰਦੇ ਕਿ ਅਸੀਂ ਇੱਕ ਜਣਾ ਚਲੇ ਜਾਈਏ ਦੂਜਾ ਬਾਅਦ 'ਚ ਜਾਏ ਤੀਸਰਾ ਬਾਅਦ 'ਚ ਜਾਏ ਕਿੱਦਾਂ ਇਹ ਵੀਜ਼ਾ ਲੱਗਦਾ ਥੋੜ੍ਹਾ ਜਿਹਾ ਫਰੇਮਵਰਕ ਹੁੰਦੇ ਹਰ ਕੰਟਰੀ ਦੀ ਆਪਣਾ ਆਪਣਾ ਸਿਸਟਮ ਹੈ ਸਮਝਣ ਦੀ ਲੋੜ ਆ ਜਦੋਂ ਅਸੀਂ ਆਸਟ੍ਰੇਲੀਆ ਦੇ ਵਿੱਚ ਵੀਜ਼ਾ ਅਪਲਾਈ ਕਰਦੇ ਹਾਂ ਆਸਟ੍ਰੇਲੀਆ ਦੇ ਵਿੱਚ ਜਿਹੜੇ ਬੱਚੇ ਨੇ ਪੜ੍ਹਨ ਜਾਣਾ ਜਾਂ ਜਿਹੜਾ ਵਿਦਿਆਰਥੀ ਹੈ ਜਿਹੜਾ ਸਟੂਡੈਂਟ ਹੈ ਉਹ ਸਟੂਡੈਂਟ ਦੀ ਪੜ੍ਹਾਈ ਦੀ ਫੀਸ ਜਾਂਦੀ ਹੈ ਸਟੂਡੈਂਟ ਨੂੰ COE ਲੈਣੀ ਪੈਂਦੀ ਹੈ ਕਿਸੇ ਕਾਲਜ ਯੂਨੀਵਰਸਿਟੀ 'ਚ ਦਾਖਲਾ ਲੈਣਾ ਪੈਂਦਾ ਯੂਨੀਵਰਸਿਟੀ ਤੁਹਾਨੂੰ COE ਇਸ਼ੂ ਕਰਦੀ ਹੈ ਇੱਕ ਜਣਾ ਪੜ੍ਹਨ ਜਾਂਦਾ ਉਹਦੇ ਨਾਲ ਡਿਪੈਂਡੈਂਟ ਵੀ ਜਾ ਸਕਦਾ ਡਿਪੈਂਡੈਂਟ ਕੌਣ ਹੁੰਦਾ ਵਾ ਡਿਪੈਂਡੈਂਟ ਹਸਬੈਂਡ ਹੋ ਸਕਦਾ ਇੱਕ ਵਾਈਫ ਦਾ ਪਤੀ ਇੱਕ ਲੇਡੀ ਦਾ ਹਸਬੈਂਡ ਵੀ ਹੋ ਸਕਦਾ ਇੱਕ ਹਸਬੈਂਡ ਦੀ ਵਾਈਫ ਵੀ ਹੋ ਸਕਦੀ ਹੈ ਜੀਵਨ ਸਾਥੀ ਨੂੰ ਸਪਾਊਸ ਕਿਹਾ ਗਿਆ ਅੱਜ ਤੱਕ ਸਪਾਊਸ ਦੀ ਕਰਦੇ ਹੁੰਦੇ ਸੀ ਅੱਜ ਬੱਚੇ ਕਿ ਐਜ ਏ ਫੈਮਿਲੀ ਤੁਸੀਂ ਕਿੱਦਾਂ ਮਾਈਗ੍ਰੈਂਟ ਹੋ ਸਕਦੇ ਹੋ ਐਜ਼ ਏ ਪਰਿਵਾਰ ਤੁਸੀਂ ਕਿੱਦਾਂ ਜਾ ਸਕਦੇ ਹੋ ਤੁਹਾਡੇ ਹਸਬੈਂਡ ਵਾਈਫ ਦੋਵਾਂ 'ਚੋਂ ਇੱਕ ਜੀ ਆਇਲਸ ਕਰੇ ਇੱਕ ਬੰਦਾ ਪੜ੍ਹੇ ਉੱਥੇ ਜਾ ਕੇ ਦੂਸਰੇ ਨੂੰ ਕੰਮ ਕਰਨ ਦਾ ਮੌਕਾ ਮਿਲੇਗਾ ਅਤੇ ਨਾਲ ਤੁਹਾਡੇ ਬੱਚੇ ਉੱਥੇ ਦੇ ਸਕੂਲਾਂ ਦੇ ਵਿੱਚ ਦਾਖਲਾ ਲੈ ਕੇ ਉੱਥੇ ਪੜ੍ਹ ਸਕਦੇ ਨੇ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਹੀ ਹੁੰਦੀਆਂ ਇਕੱਠੀਆਂ ਸ਼ੁਰੂ ਹੁੰਦੀਆਂ ਇਕੱਠੀਆਂ ਖਤਮ ਹੁੰਦੀਆਂ ਬਾਕੀ ਮੁਲਕਾਂ ਨੂੰ ਇੱਦਾਂ ਨਹੀਂ ਹੁੰਦਾ ਵੀ ਪਹਿਲਾਂ ਲੜਕੀ ਜਾਏਗੀ ਤਾਂ ਫਿਰ ਲੜਕਾ ਜਾਏਗਾ ਤਾਂ ਫਿਰ ਉਹਨਾਂ ਦੇ ਬੱਚੇ ਜਾਣਗੇ ਇਕੱਠੇ ਜਾਣਾ ਪਏਗਾ ਕੀ ਰਿਕੁਆਇਰਮੈਂਟ ਹੈ ਕੋਈ ਰਿਕੁਆਇਰਮੈਂਟ ਨਹੀਂ ਉਹੀ ਰਿਕੁਆਇਰਮੈਂਟ ਹੈ ਜਿਹੜੀ ਅੱਗੇ ਡਿਸਕਸ਼ਨ ਕਰਦੇ ਹਾਂ ਆਇਲਸ ਅੰਗਰੇਜ਼ੀ ਉੱਨੀ ਕੁ ਚਾਹੀਦੀ ਹੈ ਜਿੰਨੇ ਕੁ ਨਾ ਤੁਹਾਨੂੰ ਐਡਮਿਸ਼ਨ ਮਿਲ ਜਾਵੇ ਜਿੱਦਾਂ ਡਿਪਲੋਮੇ ਵਾਲਾ 5.5 ਬੈਂਡ 'ਚ ਦਾਖਲਾ ਦੇ ਦਿੰਦਾ ਡਿਗਰੀ ਵਾਲਾ 6 'ਚ ਦੇ ਦਿੰਦਾ ਮਾਸਟਰ ਡਿਗਰੀ ਵਾਲਾ 6.5 'ਚ ਦੇ ਦਿੰਦਾ ਹੁਣ ਜਿੰਨਾ ਕੁ ਤੁਸੀਂ ਪੜ੍ਹੇ ਉਹਦੇ ਅਕੋਰਡਿੰਗਲੀ ਦੇਖ ਲਓ ਜੇ ਤੁਸੀਂ ਬੈਚਲਰ ਡਿਗਰੀ ਕੀਤੀ ਹੈ ਅੱਗੇ ਪੋਸਟ ਗ੍ਰੈਜੂਏਸ਼ਨ ਕਰਨੀ ਹੈ ਤਾਂ 6.5 ਬੈਂਡ ਚਾਹੀਦੇ ਹੈ ਜੇ +2 ਕੀਤੀ ਹੈ ਡਿਪਲੋਮਾ ਕਰਨਾ ਤਾਂ 5.5 ਬੈਂਡ ਚਾਹੀਦੇ ਹੈ ਜੇ ਡਿਗਰੀ ਕਰਨੀ ਹੈ ਤਾਂ 6 ਬੈਂਡ ਚਾਹੀਦੇ ਹਰ ਇੱਕ ਕਾਲਜ ਯੂਨੀਵਰਸਿਟੀ ਦੀ ਵੱਖਰੀ ਵੱਖਰੀ ਰਿਕੁਆਇਰਮੈਂਟ ਹੁੰਦੀ ਐਵਰੇਜ ਲੈ ਕੇ ਚੱਲੀਏ ਕਿ 5.5 ਤੋਂ 6 ਬੈਂਡ ਤੁਸੀਂ ਜੇ ਲੈ ਲਓ ਤਾਂ ਤੁਸੀਂ ਆਪਣੇ ਪਰਿਵਾਰ ਦੇ ਨਾਲ ਜਾ ਸਕਦੇ ਜੀ ਔਰ 15-20 ਦਿਨ ਮਹੀਨੇ ਦੀ ਸਾਰੀ ਖੇਡ ਹੁੰਦੀ ਹੈ ਮਹੀਨੇ ਤੋਂ ਵੱਧ ਨਹੀਂ ਲੱਗਦਾ ਔਰ ਜਿਹੜੇ ਲੋਕ ਪਰਿਵਾਰ ਦੇ ਨਾਲ ਜਾਣਾ ਚਾਹੁੰਦੇ ਨੇ ਅਕਸਰ ਗੁੰਮਰਾਹ ਹੁੰਦੇ ਨੇ ਕਿ ਫੰਡ ਚਾਹੀਦੇ ਨੇ ਬਹੁਤ ਸਾਰੇ ਹੋਰ ਕਾਗਜ਼ ਚਾਹੀਦੇ ਨੇ ਅੱਜ ਆਸਟ੍ਰੇਲੀਆ ਨੇ ਭਾਰਤ ਨੂੰ ਅਸੈਸਮੈਂਟ ਲੈਵਲ 2 ਦੇ ਵਿੱਚ ਰੱਖਿਆ ਹੋਇਆ ਜਿੱਥੇ ਕਿ ਤੁਹਾਨੂੰ ਫੰਡ ਸ਼ੋਅ ਨਹੀਂ ਕਰਨੇ ਪੈਂਦੇ ਜੇ ਤੁਸੀਂ ਆਪਣੇ ਪਰਿਵਾਰ ਦਾ ਵੀਜ਼ਾ ਅਪਲਾਈ ਕਰਦੇ ਹੋ ਬੱਚਿਆਂ ਦੇ ਨਾਲ ਅਪਲਾਈ ਕਰਦੇ ਹੋ ਵਾਈਫ ਦੇ ਨਾਲ ਅਪਲਾਈ ਕਰਦੇ ਹੋ ਤਾਂ ਫੰਡ ਸ਼ੋਅ ਨਹੀਂ ਕਰਨੇ
ਹੁੰਦਾ ਕਿ ਲੋਕਾਂ ਕੋਲ ਫੰਡ ਸ਼ੋਅ ਕਰਨ ਨੂੰ ਨਹੀਂ ਹੁੰਦੀ, ਦੋ ਦੋ ਚਾਰ ਚਾਰ ਲੱਖ ਰੁਪਇਆ ਏਜੰਟ ਲੈ ਲੈਂਦਾ, ਮੈਂ ਤੇਰੇ ਫੰਡ ਸ਼ੋਅ ਕਰ ਦੂੰਗਾ ਤਾਂ ਮੈਨੂੰ ਪੈਸੇ ਦੇ ਦੇ, ਜਦਕਿ ਫਾਈਲ ਦੇ ਵਿੱਚ ਫੰਡ ਨਹੀਂ ਲੱਗਦੇ। ਤੁਸੀਂ ਕਿਸੇ ਵੀ ਏਜੰਸੀ ਤੋਂ ਅਪਲਾਈ ਕੀਤਾ, ਤੁਹਾਡਾ ਰਿਫਿਊਜ਼ ਆ, ਜੇਕਰ ਕਿਸੇ ਨੇ ਤੁਹਾਡੇ ਕੋਲ ਕੋਈ ਫੰਡਾਂ ਦੇ ਪੈਸੇ ਲਏ ਆ ਜਾਂ ਕੋਈ ਫੰਡ ਦੇ ਪੈਸੇ ਡਿਮਾਂਡ ਕਰਦਾ, ਉਹਨੂੰ ਇੰਨਾ ਕੁ ਜ਼ਰੂਰ ਕਹੋ ਜੀ ਫੰਡ ਦਿਖਾਓ ਸਹੀ, ਕਿਹੜੇ ਫੰਡ ਲਾਏ ਫਾਈਲ ਦੇ ਵਿੱਚ। ਤੁਸੀਂ ਔਨਲਾਈਨ ਫਾਈਲ ਆਪਣੀ ਖੁਦ ਚੈੱਕ ਕਰ ਸਕਦੇ ਹੋ ਜਾ ਕੇ ਕਿ ਤੁਹਾਡੀ ਫਾਈਲ ਦੇ ਵਿੱਚ ਫੰਡ ਲਾਏ ਆ, ਇਹ ਨਾ ਹੋਵੇ ਤੁਸੀਂ ਪੈਸੇ ਦੇ ਚੁੱਕੇ ਹੋ ਫੰਡਾਂ ਦੇ ਔਰ ਫੰਡ ਤਾਂ ਚੜੇ ਨਹੀਂ ਤੁਹਾਡੀ ਫਾਈਲ ਦੇ ਵਿੱਚ। ਅਤੇ ਅਕਸਰ ਲੋਕ ਜਦੋਂ ਦੇ ਜਾਣਾ ਹੁੰਦਾ, ਪੈਸੇ ਪੁਰਾਣੇ ਨਾ ਹੋਣ ਕਾਰਨ ਲੱਖਾਂ ਰੁਪਈਆ ਦੀ ਠੱਗੀ ਦਾ ਸ਼ਿਕਾਰ ਹੋ ਜਾਂਦੇ ਆ। ਅਤੇ ਕਾਨੂੰਨ ਤਾਂ ਸਾਰਿਆਂ ਵਾਸਤੇ ਸੇਮ ਨੇ, ਸਾਡੇ ਵਾਸਤੇ ਵੀ ਉਹੀ, ਬਾਕੀ ਏਜੰਸੀਆਂ ਲਈ ਵੀ ਉਹੀ। ਅਤੇ ਕਾਨੂੰਨ ਅੱਜ ਕੀ ਕਹਿੰਦਾ ਕਿ ਅੱਜ ਆਸਟ੍ਰੇਲੀਆ ਦੀ ਫਾਈਲ ਲਾਣੀ ਹੈ ਤਾਂ ਫੰਡ ਨਹੀਂ ਲਾਣੇ, ਫੰਡ ਨਹੀਂ ਲੱਗਣੇ। ਆਇਲਸ ਦਾ ਵੀ ਵੇਵਰ ਮਿਲਦਾ ਵਾ ਬਹੁਤ ਸਾਰੀਆਂ ਯੂਨੀਵਰਸਿਟੀਆਂ, ਜੇਕਰ ਤੁਸੀਂ ਅੰਗਰੇਜ਼ੀ ਮੀਡੀਅਮ 'ਚ ਪੜ੍ਹੇ ਹੋ ਜਾਂ ਤੁਹਾਡਾ ਕਿਸੇ ਬਾਹਰਲੇ ਮੁਲਕ ਰਹਿ ਕੇ ਆਏ ਹੋ 5 ਸਾਲ ਜਿੱਥੇ ਅੰਗਰੇਜ਼ੀ ਬੋਲੀ ਜਾਂਦੀ ਹੈ, ਫਿਰ ਵੀ ਤੁਹਾਡੀ ਆਇਲਸ ਵੇਵਰ ਮਿਲ ਜਾਂਦੀ ਹੈ। ਸਾਡੇ ਕੋਲ ਕਾਫੀ ਬੱਚੇ ਆਏ ਜਿਹੜੇ ਕਿ ਨਿਊਜ਼ੀਲੈਂਡ ਤੋਂ ਪੜ੍ਹ ਕੇ ਆਏ, ਕਿ 4 ਸਾਲ ਹੋ ਗਏ, 5 ਸਾਲ ਹੋ ਗਏ, ਇੰਗਲੈਂਡ ਤੋਂ ਪੜ੍ਹ ਕੇ ਆ ਰਿਹਾ, ਕੋਈ ਆਇਰਲੈਂਡ ਤੋਂ ਪੜ੍ਹ ਕੇ ਆ ਰਿਹਾ। ਇੱਦਾਂ ਦੇ ਲੋਕ ਜਦੋਂ ਅਪਲਾਈ ਕਰਦੇ ਆ ਇੰਗਲਿਸ਼ ਕੰਟਰੀ ਵਿੱਚ, ਤਾਂ ਉਹਨਾਂ ਬੱਚਿਆਂ ਨੂੰ ਆਇਲਸ ਤੋਂ ਬਿਨਾਂ ਵੀ ਦਾਖਲਾ ਮਿਲ ਜਾਂਦਾ। ਹੁਣ ਅੱਜ ਵੀ ਇੱਕ ਸਟੂਡੈਂਟ ਸਾਡੇ ਕੋਲ ਸੀਗਾ ਜਿਨ੍ਹਾਂ ਨੇ ਅਮਰੀਕਾ ਤੋਂ ਪੜ੍ਹਾਈ ਕੀਤੀ ਹੋਈ ਆ, ਅਮਰੀਕਾ ਤੋਂ ਬੱਚਾ 5 ਸਾਲ ਪੜ੍ਹ ਕੇ ਆਇਆ, ਹੁਣ ਫਰਦਰ ਅੱਗੇ ਕੈਨੇਡਾ ਦੀ ਫਾਈਲ ਲਾਉਣਾ ਚਾਹੁੰਦੇ ਤਾਂ ਆਇਲਸ ਨਹੀਂ ਕੀਤੀ, ਆਇਲਸ 'ਤੇ ਵੀ ਲਾ। ਹੁਣ ਜੇਕਰ ਤੁਸੀਂ ਪਰਿਵਾਰ ਸਮੇਤ ਫਾਈਲ ਲਾਉਣਾ ਚਾਹੁੰਦੇ ਹੋ, ਸਪਾਊਸ ਵੀਜ਼ਾ ਦੀ ਫਾਈਲ ਲਾਉਣਾ ਚਾਹੁੰਦੇ ਹੋ, ਸਾਡੀਆਂ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਅਸੀਂ ਸਰਵਿਸਿਜ਼ ਦਿੰਦੇ ਹਾਂ ਉਹ ਉੱਥੇ ਖੜੀਆਂ, ਫਿਰ ਕਿ ਅਸੀਂ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈਣ ਦੀ ਸਾਡੀ ਨਿਯਮ ਹੈਗਾ, ਉਸ ਚੀਜ਼ ਨੂੰ ਅਸੀਂ ਕੰਟੀਨਿਊ ਕਰਾਂਗੇ। ਇੱਕ ਦਨੀਸ਼ ਮੰਤ ਲੱਗਦੇ ਨੇ, ਮੈਰਿਜ ਟਾਈਮ ਕਿਤਨੇ ਪੁਰਾਣੀ ਹੋਣਾ ਚਾਹੀਦੇ? ਮੈਰਿਜ ਤਾਂ ਵੀਰ ਨਵੀਂ ਵੀ ਚੱਲ ਜੂਗੀ, ਕਿਸੇ ਦਾ ਵਿਆਹ ਨਹੀਂ, ਜੇਕਰ ਤੁਹਾਡੀ ਮੈਰਿਜ ਨਹੀਂ ਵੀ ਹੋਈ ਤੁਸੀਂ ਮੈਰਿਜ ਕਰਾ ਕੇ ਜਾ ਸਕਦੇ ਹੋ। ਹਾਂ, ਤੁਸੀਂ ਮੈਰਿਜ ਅਸਲੀ 'ਚ ਕਰਾਓ, ਮੈਰਿਜ ਦੇ ਸਾਰੇ ਪਰੂਫ ਹੋਣ ਤੁਹਾਡੇ ਕੋਲ। ਸਪਾਊਸ ਵੀਜ਼ਾ 'ਤੇ ਬੱਚਿਆਂ ਦੇ ਨਾਲ ਜਾ ਸਕਦੇ ਹੋ ਤੁਸੀਂ ਇਸ ਵੀਜ਼ੇ 'ਤੇ, ਉੱਤੇ ਜਿਹੜਾ ਐਪਲੀਕੈਂਟ ਹੈ ਉਹਨੇ ਪੜ੍ਹਨਾ ਜਾ ਕੇ, ਜਿਹੜਾ ਉਹਦਾ ਡਿਪੈਂਡੈਂਟ ਹੈ ਉਹ ਕੰਮ ਕਰ ਸਕਦਾ, ਬੱਚੇ ਉੱਥੇ ਦੇ ਸਕੂਲਾਂ 'ਚ ਪੜ੍ਹਨਗੇ। ਹੋਰ ਕਿਸੇ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਹੈ, ਕੱਲ੍ਹ ਦਾ ਦਿਨ ਤੁਸੀਂ ਮੈਨੂੰ ਚੰਡੀਗੜ੍ਹ ਮਿਲ ਸਕਦੇ ਹੋ, ਮੈਂ ਕੱਲ੍ਹ ਸਾਰਾ ਦਿਨ ਚੰਡੀਗੜ੍ਹ ਬ੍ਰਾਂਚ 'ਚ ਰਹੂੰਗਾ। ਬਾਕੀ ਤੁਸੀਂ ਜਲੰਧਰ ਵੀ ਆ ਸਕਦੇ ਹੋ, ਜਿੱਥੇ ਵੀ ਜਿਹੜੇ ਮਰਜ਼ੀ ਬ੍ਰਾਂਚ ਆ ਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ। ਕੋਸ਼ਿਸ਼ ਸਾਡੀ ਇਹੀ ਹੁੰਦੀ ਹੈ ਕਿ ਬੱਚਿਆਂ ਨੂੰ ਸਹੀ ਗਾਈਡੈਂਸ ਦੱਸੀਏ। ਤੁਹਾਡਾ ਵੀਜ਼ਾ ਰਿਫਿਊਜ਼ ਹੈ ਇੱਕ ਦੋ ਵਾਰੀ ਨਹੀਂ ਸਮਝ ਲੱਗਦੀ, ਵੀ ਇੱਕ ਵਾਰ ਕੰਸਲਟੈਂਟ ਨੂੰ ਮਿਲੋ, ਮਿਲ ਕੇ ਹੀ ਗਾਈਡ ਕੀਤਾ ਜਾ ਸਕਦਾ ਕਿ ਕਿੱਦਾਂ ਵੀਜ਼ਾ ਲਿੱਤਾ ਜਾ ਸਕਦਾ। ਹੋਰ ਬਹੁਤ ਥੈਂਕਸ ਤੁਹਾਡਾ ਸਾਰਿਆਂ ਦਾ, ਅੱਜ ਕਾਫੀ ਲੋਕ ਵਿਜਿਟ ਕੀਤੇ। ਕਿਸੇ ਤਰ੍ਹਾਂ ਦੀ ਹੋਰ ਕੁਐਰੀ ਹੈਗੀ ਆ, ਤੁਹਾਨੂੰ ਨੰਬਰ ਦਿੱਤਾ ਗਿਆ ਵਾ, ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਮੇਰੇ ਨਾਲ ਅਪੁਆਇੰਟਮੈਂਟ ਬਣਾਓ, ਸੋ ਦੈਟ ਅਸੀਂ ਤੁਹਾਨੂੰ ਗਾਈਡ ਕਰ ਪਾਈਏ। ਦੁਬਾਰਾ ਫਿਰ ਜਲਦੀ ਮਿਲਦੇ ਹਾਂ ਜੀ, ਧੰਨਵਾਦ, ਥੈਂਕ ਯੂ।